ਭੁੱਖ ਹੜਤਾਲ ਤੇ ਬੈਠੇ ਪ੍ਰੋਫੈਸਰ ਨਾਲ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਜੂਸ ਪਿਲਾ ਕੇ ਇਹ ਭੁੱਖ ਹੜਤਾਲ ਖਤਮ ਕਰਵਾਈ ਹੈ। ਮੰਤਰੀ ਹਰਜੋਤ ਸਿੰਘ ਬੈਂਸ ਨੇ 1158 ਸਹਾਇਕ ਪ੍ਰੋਫੈਸਰਾਂ ਨਾਲ ਬੈਠ ਕੇ ਗੱਲਬਾਤ ਕੀਤੀ ਤੇ ਉਹਨਾਂ ਨੂੰ ਭਰੋਸਾ ਦਵਾਇਆ ਕਿ ਅਸੀਂ ਤੁਹਾਡੇ ਕੇਸ ਦੀ ਡਟ ਕੇ ਪੈਰਵੀ ਕਰਾਂਗੇ। ਦੱਸਣਾ ਬਣਦਾ ਹੈ ਕਿ 1158 ਸਹਾਇਕ ਪ੍ਰੋਫੈਸਰਾਂ ਦਾ ਧਰਨਾ ਪਿਛਲੇ 8 ਦਿਨਾਂ ਤੋਂ ਲਗਾਤਾਰ ਪਾਣੀ ਵਾਲੀ ਟੈਂਕੀ ਦੇ ਉੱਤੇ ਚੱਲ ਰਿਹਾ ਸੀ ਤੇ ਭੁੱਖ ਹੜਤਾਲ ਵੀ ਕੀਤੀ ਗਈ ਸੀ। ਸਿਵਲ ਪ੍ਰਸ਼ਾਸਨ ਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਇਨ੍ਹਾਂ ਸਹਾਇਕ ਪ੍ਰੋਫੈਸਰਾਂ ਦੀਆਂ ਵਾਰ-ਵਾਰ ਮਿੰਨਤਾਂ ਕੀਤੀਆਂ ਜਾ ਰਹੀਆਂ ਸਨ, ਪਰ ਸਹਾਇਕ ਪ੍ਰੋਫੈਸਰਾਂ ਨੂੰ ਕੋਈ ਪੁਖਤਾ ਜਵਾਬ ਨਾ ਮਿਲਣ ਕਰਕੇ ਇਨ੍ਹਾਂ ਵੱਲੋਂ ਭੁੱਖ ਹੜਤਾਲ ਲਗਾਤਾਰ ਜਾਰੀ ਸੀ ਤੇ ਹੁਣ ਆਖਿਰਕਾਰ ਭੁੱਖ ਹੜਤਾਲ ਖਤਮ ਕਰਵਾਉਣ ਲਈ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਖਾਸ ਤੌਰ ਤੇ ਪਹੁੰਚੇ ਤੇ ਜੂਸ ਪਿਲਾ ਕੇ ਉਹਨਾਂ ਦੀ ਭੁੱਖ ਹੜਤਾਲ ਖਤਮ ਕਰਵਾਈ ਅਤੇ ਭਰੋਸਾ ਦਵਾਇਆ ਕਿ ਉਹ ਉਹਨਾਂ ਦੇ ਕੇਸ ਦੀ ਡਟ ਕੇ ਪੈਰਵੀ ਕਰਨਗੇ। ਆਫਿਸ ਖੁੱਲ੍ਹਾ, ਤੁਸੀਂ ਮੇਰੇ ਘਰ ਆਓ ਚੰਡੀਗੜ੍ਹ, ਮੈਂ ਤੁਹਾਨੂੰ ਸੱਦਿਆ ਹੈ, ਜਦੋਂ ਮਰਜ਼ੀ ਤੁਸੀਂ ਆਓ, ਆਈ ਐਮ ਆਲਵੇਜ਼ ਅਵੇਲੇਬਲ। ਇਹਨੇ ਪਰਖ ਕੇ ਵੀ ਦੇਖ ਲਿਆ, ਮੈਂ ਕਦੀ ਇਹਨਾਂ ਨੂੰ ਮਨਾ ਨਹੀਂ ਕੀਤਾ। ਜੇ ਮੈਂ ਫੋਨ ਨਾ ਚੁੱਕਾਂ, ਘੰਟੇ ਦੋ ਘੰਟੇ ਚਾਰ ਘੰਟੇ ਬੈਕ ਕਾਲ ਜ਼ਰੂਰ ਆਉਣਗੇ। ਇਸ ਕਰਕੇ ਬੇਨਤੀ ਹੈ, ਮੈਂ ਤੁਸੀਂ ਸਾਰੇ ਸਾਡੇ ਪੰਜਾਬ ਦਾ ਭੇਖੋਂ, ਸਾਡੇ ਕਾਲਜ ਖਾਲੀ ਪਏ, ਵੀ ਆਰ ਕਮਿਟਡ ਫੋਰ ਦਿਸ ਭਰਤੀ। ਅਸੀਂ ਇਹਦੇ ਲੀਗਲ ਬੈਟਲ ਹਾਈ ਕੋਰਟ 'ਚ ਵੀ ਲੜ ਰਹੇ ਹਾਂ, ਆਊਟ ਆਫ ਹਾਈ ਕੋਰਟ ਵੀ, ਜੋ ਵੀ ਪੋਸੀਬਲ ਉਹ ਵੀ ਕਰ। ਬਹੁਤ ਧੰਨਵਾਦ ਜੀ ਆਪ ਸਭ, ਤੁਸੀਂ ਆਪ ਸਭ ਨੂੰ ਮੈਂ ਇਸ ਗੱਲ ਦਾ ਦਿਲੋਂ ਤੁਸੀਂ ਮੇਰੀ ਇਹ ਬੇਨਤੀ ਪ੍ਰਵਾਨ ਕੀਤੀ। ਇਹ ਸਾਡੇ ਹੋਲਾ ਮਹੱਲਾ ਇੱਕ ਬਹੁਤ ਹੀ ਵੱਡਾ ਤਿਉਹਾਰ ਹੈ, ਤੁਸੀਂ ਇਸ ਹੋਲੇ ਮਹੱਲੇ ਦੇ ਤਿਉਹਾਰ ਦੇ ਵਿੱਚ ਸਾਡੇ 'ਚ ਕੋਈ ਆਪ ਇਹ ਬੇਨਤੀ ਪ੍ਰਵਾਨ ਕੀਤੀ ਆਪ ਸਭ ਦਾ ਧੰਨਵਾਦ, ਸ਼ੁਕਰੀਆ। ਤੁਸੀਂ ਜਦੋਂ ਮਰਜ਼ੀ ਹੋਰ ਵੀ ਕੋਈ ਸਾਥੀ ਹੈ, ਇਕੱਲਾ ਇਹ ਨਹੀਂ, ਉਹ ਜਦੋਂ ਮਰਜ਼ੀ ਹੋਰ ਵੀ ਤੁਹਾਡੇ ਬਹੁਤ ਸਾਰੇ ਸਾਥੀ ਅੱਗੇ ਮੈਨੂੰ ਨਿੱਜੀ ਤੌਰ 'ਤੇ ਵੀ ਮਿਲਦੇ ਰਹਿੰਦੇ, ਮੈਂ ਉਹਨਾਂ ਨੂੰ ਵੀ ਨਹੀਂ ਮਨਾ ਕੀਤਾ ਕਦੇ ਵੀ। ਤੁਸੀਂ ਵੀ ਆ ਕੇ ਜਦੋਂ ਮਰਜ਼ੀ ਮਿਲੋ, ਆਪਾਂ ਕੁਛ ਨਾ ਕੁਛ ਇਹਦਾ ਹੱਲ ਜ਼ਰੂਰ ਕਰਾਂਗੇ। ਸਿੱਖਿਆ ਮੰਤਰੀ ਜੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਜੋ ਵੀ ਸੰਭਵ ਉਹਨਾਂ ਤੋਂ ਹੋ ਸਕਿਆ, ਕੋਰਟ ਦੇ ਵਿੱਚ ਸਾਡਾ ਮੈਟਰ ਚੱਲ ਰਿਹਾ ਤੇ ਕੋਰਟ ਤੋਂ ਬਾਹਰ ਵੀ ਜੋ ਸਰਕਾਰ ਆਪਣੇ ਤੌਰ ਤੇ ਕਰ ਸਕਦੀ ਆ ਉਹ ਕਰੇਗੀ, ਤੇ ਸਾਨੂੰ ਆਸ ਆ ਕਿ ਜੇ ਮੰਤਰੀ ਸਾਹਿਬ ਇੱਥੇ ਆ ਕੇ ਤੇ ਇੱਡੀ ਗੱਲ ਕਹਿ ਕੇ ਗਏ ਤਾਂ ਜ਼ਰੂਰ ਆਪਣੇ ਵਾਅਦੇ ਤੇ ਪੂਰਾ ਉਤਰਨ। ਸਰ ਇਸੇ ਚੀਜ਼ ਤੋਂ ਤਾਂ ਅਸੀਂ ਸਾਨੂੰ ਇਹ ਕਦਮ ਚੱਕਣੇ ਪਏ, ਪਰ ਇੱਕ ਵਾਰ ਫਿਰ ਅਸੀਂ ਵਿਸ਼ਵਾਸ ਕੀਤਾ ਆ ਆਮ ਆਦਮੀ ਪਾਰਟੀ ਦੀ ਸਰਕਾਰ ਤੇ, ਤੇ ਦੇਖਦੇ ਹਾਂ ਕਿ ਅੱਗੇ ਕੀ ਹੁੰਦਾ ਹੈ। ਤੁਸੀਂ ਉੱਪਰ ਰਿਹਾ ਕਿਸ ਤਰ੍ਹਾਂ, ਮਤਲਬ ਕਿੰਨਾ ਵੱਡੇ ਸੰਘਰਸ਼ ਤੁਸੀਂ ਕੀਤਾ ਹੈ, ਕਿੰਨੇ ਦਿਨ ਕੱਟੇ ਹੋ, ਕਿਵੇਂ ਦੇ ਹਾਲਾਤ? ਸਰ ਮੈਂ 8 ਦਿਨ ਕੱਟੇ ਉੱਥੇ, ਬਹੁਤ ਮਾੜੇ ਹਾਲਾਤ ਸੀ, ਲਗਾਤਾਰ ਹਵਾਵਾਂ ਚੱਲਦੀਆਂ ਸੀ, ਮੀਂਹ ਵੀ ਆਇਆ ਸੀ ਅੱਜ, ਉਸ ਤੋਂ ਇੱਕ ਦਿਨ ਪਹਿਲਾਂ ਵੀ ਆਇਆ ਸੀ, ਪਰ ਅਸੀਂ ਆਪਣੇ ਹੱਕ ਸੱਚ ਦੀ ਲੜਾਈ ਲਈ ਖੜੇ ਸੀ ਤੇ ਉਹਦੇ ਵਿੱਚ ਸਾਡੀ ਜਾਨ ਵੀ ਚਲੇ ਜਾਂਦੀ, ਕੋਈ ਸਾਨੂੰ ਪਰਵਾਹ ਨਹੀਂ ਹੈਗੀ ਉਸ ਚੀਜ਼ ਦੀ, ਤੇ ਅਸੀਂ ਚਾਹੁੰਦੇ ਹਾਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੇ ਵਾਅਦੇ ਕਰਕੇ ਲੋਕਾਂ ਦੇ ਨਾਲ ਸੱਤਾ ਦੇ ਵਿੱਚ ਆਈ ਸੀ, ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਕਰਦੀ ਆ ਜਾਂ ਫਿਰ ਸਿੱਖਿਆ ਦਾ ਏਜੰਡਾ ਲੈ ਕੇ ਆਈ ਸੀ, ਉਹ ਆਪਣੇ ਵਾਅਦਿਆਂ ਤੇ ਖਰਾ ਉਤਰੇ ਤੇ ਸਭ ਨੂੰ ਜਿਹੜਾ ਰੁਜ਼ਗਾਰ ਮਿਲੇ।